ਦਿਨ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਆ ਰਹੀ ਹੈ ਜਿੱਥੇ ਦੱਸਿਆ ਜਾ ਰਿਹਾ ਕਿ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ 1 ਲੱਖ ਰੁਪਏ ਦੀ ਚੋਰੀ ਹੋਈ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਇਸ ਦਿਨ ਦੀ ਵੱਡੀ ਖਬਰ ਜਿਹੜੀ ਹੈ ਦਰਬਾਰ ਸਾਹਿਬ ਤੋਂ ਆ ਰਹੀ ਹੈ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਵਿਖੇ ਲੰਗਰ ਤੇ ਇਮਾਰਤਾਂ ਲਈ ਸੰਗਤ ਵੱਲੋਂ ਸੇਵਾ ਪ੍ਰਾਪਤ ਕਰਨ ਵਾਸਤੇ 1 ਕਾਊਂਟਰ ਤੋਂ 1 ਲੱਖ ਰੁਪਏ ਦੀ ਨਕਦੀ ਚੋਰੀ ਕਰਨ ਵਾਲੇ 4 ਸ਼ੱਕੀ ਵਿਅਕਤੀਆਂ ਖਿਲਾਫ ਜਿਹੜਾ ਹੈ ਪਰਚਾ ਦਰਜ ਕਰਵਾ ਦਿੱਤਾ ਗਿਆ। ਘਟਨਾ ਬਾਰੇ ਜਾਣਕਾਰੀ ਦਿੰਦੇ ਆ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੋਮਣੀ ਕਮੇਟੀ ਦੇ ਸਕੱਤਰ ਸਰਦਾਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਇਹ ਘਟਨਾ ਬੀਤੇ ਦਿਨੀ ਸੰਧਿਆ ਵੇਲੇ ਦੀ ਹੈ। ਉਹਨਾਂ ਕਿਹਾ ਕਿ ਪਰਿਕਰਮਾ ਦੇ ਅੰਦਰ ਲੰਗਰ ਤੇ ਇਮਾਰਤਾਂ ਦੀ ਸੇਵਾ ਪ੍ਰਾਪਤ ਕਰਨ ਲਈ ਸਥਾਪਤ 1 ਕਾਊਂਟਰ ਉੱਤੇ ਡਿਊਟੀ ਨਿਭਾ ਰਹੇ ਮੁਲਾਜ਼ਮ ਅਨੁਸਾਰ ਐਤਵਾਰ ਨੂੰ ਸੰਧਿਆ ਵੇਲੇ ਸ਼ਾਮ 7:30 ਦੇ ਕਰੀਬ ਜਿਹੜਾ ਹੈ ਉਹ ਰਸੀਦਾ ਕੱਟ ਰਹੇ ਸਾਂ ਤਾਂ ਕੁਝ ਜਿਹੜੇ ਵਿਅਕਤੀ ਜਿਹੜੇ ਨੇ ਉੱਧਰ 4 ਵਿਅਕਤੀ ਸ਼ੱਕੀ ਵਿਅਕਤੀ ਆਉਂਦੇ ਨੇ ਅਤੇ ਨਾਲ ਹੀ 1 ਔਰਤ ਹੈ। ਦੱਸਿਆ ਜਾ ਰਿਹਾ ਕਿ ਸਰਦਾਰ ਪ੍ਰਤਾਪ ਸਿੰਘ ਨੇ ਕਿਹਾ ਕਿ ਮੁਲਾਜ਼ਮ ਅਨੁਸਾਰ ਦੋਸ਼ੀ ਵਿਅਕਤੀਆਂ ਨੇ ਉਸ ਨੂੰ ਰਸੀਦ ਕਟਾਉਣ ਦੇ ਨਾਂ ਹੇਠ ਆਪਣੀ ਗੱਲਾਂ ਵਿੱਚ ਉਲਝਾਇਆ ਅਤੇ ਕਾਊਂਟਰ ਵਿੱਚੋਂ 1 ਲੱਖ ਰੁਪਏ ਦੇ ਨਕਦੀ ਜਿਹੜੇ ਨੇ ਉਹ ਚੋਰੀ ਕਰਕੇ ਚਲੇ ਗਏ। ਉਹਨਾਂ ਕਿਹਾ ਕਿ ਇਸ ਘਟਨਾ ਬਾਰੇ ਡਿਊਟੀ ਕਰ ਰਹੇ ਮੁਲਾਜ਼ਮ ਦੀ ਸ਼ਿਕਾਇਤ ਉੱਤੇ ਅੰਮ੍ਰਿਤਸਰ ਦੇ E-Division ਪੁਲਿਸ ਥਾਣਾ ਵਿਖੇ ਪਰਚਾ ਦਰਜ ਕਰਵਾ ਦਿੱਤਾ ਗਿਆ। ਸਰਦਾਰ ਪ੍ਰਤਾਪ ਸਿੰਘ ਨੇ ਕਿਹਾ ਕਿ ਸੰਸਥਾ ਵੱਲੋਂ ਇਸ ਘਟਨਾ ਦੀ ਅੰਦਰੂਨੀ ਜਾਂਚ ਵੀ ਆਰੰਭ ਕਰ ਦਿੱਤੀ ਗਈ ਹੈ। ਮੁਲਾਜ਼ਮ ਕੋਈ ਸਸਪੈਂਡ ਨਹੀਂ ਕੀਤਾ, ਇਨਕੁਆਰੀ ਪੁਲਿਸ ਨੇ ਕੰਪਲੀਟ ਹੋਈ ਹੈ। ਹਾਂ, ਪੁਲਿਸ ਕੰਪਲੀਟ ਕੀਤੀ ਮੈਨੇਜਰ ਵੱਲੋਂ। ਕਿੰਨੇ ਉਹ ਤੋਂ 1 ਲੱਖ ਰੁਪਏ, ਪਰ ਇਹੋ ਜਿਹੀ ਘਟਨਾ ਹੋਈ ਕਿੰਨੀ ਮੰਦਭਾਗੀ ਗੱਲ ਹੈ। ਮੰਦਭਾਗੀ ਹੈ ਜੀ, ਬਿਲਕੁਲ ਮੰਦਭਾਗੀ। ਉਹ ਉਹਨਾਂ ਦੇ ਦੱਸਣ ਮੁਤਾਬਕ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨੇ ਪਰਸੋਂ ਰਾਤੀ ਕਰੀਬ 7:30 ਦੇ ਕਰੀਬ ਕੋਈ ਬੰਦੇ ਬਾਹਰੋਂ ਆਏ ਜਿਹੜੇ ਪੰਜਾਬ ਦੇ ਨਹੀਂ ਜਾਪਦੇ, ਉਹ 2-3 ਜਾਣੇ ਸੀਗੇ ਜੋ CCTV ਦੀ ਫੁਟੇਜ ਦੇ ਵਿੱਚ ਆਇਆ। ਉਹਨੇ ਆਣ ਕੇ ਪਰਚੀ ਕਟਾਈ 100 ਰੁਪਈਏ ਦੀ, ਫਿਰ ਉਹ ਨਸਰਬਾਜ਼ੀ ਕੀਤੀ, ਉਹਨੇ ਚਕਮਾ ਦੇ ਕੇ ਕਹਿਣ ਲੱਗਾ ਤੁਹਾਡੇ ਪੈਸੇ ਥੱਲੇ ਡਿੱਗੇ ਆ, ਸੇਵਾਦਾਰ ਪੈਸੇ ਚੁੱਕਣ ਲੱਗਾ ਅਤੇ ਉਹਨੇ ਗੱਲੇ 'ਚੋਂ ਹੱਥ ਮਾਰ ਕੇ 1 ਲੱਖ ਰੁਪਈਆ ਕੱਢ ਕੇ ਲੈ ਗਏ ਅਤੇ ਫੁਟੇਜ ਦੇ ਆਧਾਰ 'ਤੇ ਉਹਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਮੁਕੱਦਮਾ ਦਰਜ ਉਹਦਾ ਹੋ ਚੁੱਕਾ ਅਤੇ ਕਿੱਧਰ ਨੂੰ ਗਏ ਨੇ, ਕਿੱਧਰੋਂ ਆਏ ਨੇ, ਉਹ CCTV ਕੈਮਰਿਆਂ ਦੀ ਹੈਲਪ ਦੇ ਨਾਲ ਉਹਦੀ ਫਰਦਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਸਰ, ਕਿਹੜੀ ਧਾਰਾ ਤਹਿਤ ਮਾਮਲਾ ਦਰਜ ਕੀਤਾ ਗਿਆ? ਧਾਰਾ 380 IPC ਦੇ ਤਹਿਤ ਇਹ ਮੁਕੱਦਮਾ ਦਰਜ ਕੀਤਾ ਗਿਆ।